ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਗੱਲਾਂ ਬਾਤਾਂ ਬੱਬੂ ਮਾਨ ਅਤੇ ਗੁਰਦਾਸ ਮਾਨ ਹੋਰਾਂ ਬਾਰੇ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਜੀ ਪਰਮਿੰਦਰ ਸਿੰਘ ਝੋਟੇ ਦੇ ਬਾਰੇ 'ਚ। ਝੋਟੇ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿੱਥੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਧੂਰਾ ਨੂੰ ਕੁਝ ਕੁ ਸਵਾਲ ਪੁੱਛਦੇ ਹੋਏ ਨਜ਼ਰ ਆਏ ਆ। ਉਹ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ। ਝੋਟੇ ਦੀ ਇਸ ਵੀਡੀਓ ਦੇ ਉੱਤੇ ਬਹੁਤ ਸਾਰੇ ਲੋਕ ਨਾਰਾਜ਼ਗੀ ਵੀ ਜ਼ਾਹਿਰ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਘੇਰ ਕੇ ਸਵਾਲ ਪੁੱਛਣ ਦਾ ਜਿਹੜਾ ਤਰੀਕਾ ਉਹਨਾਂ ਦਾ ਗਲਤ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਗੇ ਵੱਧਦੇ ਹੋਏ ਗੱਲ ਕਰਾਂਗੇ ਜੀ ਪੰਜਾਬੀ ਸਿੰਗਰ ਅਤੇ ਗੀਤਕਾਰ ਗੁਰਦਾਸ ਮਾਨ ਹੋਰਾਂ ਦੇ ਬਾਰੇ 'ਚ। ਗੁਰਦਾਸ ਮਾਨ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕਿ ਦੋਸਤੋ ਇਸ ਵੀਡੀਓ ਦੇ ਵਿੱਚ ਉਹ ਇੱਕ ਗਾਣਾ ਗਾ ਰਹੇ ਨੇ ਕਿਸਾਨਾਂ ਦੇ ਲਈ, ਅਤੇ ਦੋਸਤੋ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਉਠਾ ਰਹੇ ਨੇ। ਕਿਹੜਾ ਉਹ ਗਾਣਾ, ਕਿਹੜੀ ਉਹ ਵੀਡੀਓ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ। ਤੇ ਆਓ ਹੁਣ ਗੱਲ ਕਰਦੇ ਹਾਂ ਪੰਜਾਬੀ ਗਾਇਕ ਅਤੇ ਗੀਤਕਾਰ ਬੱਬੂ ਮਾਨ ਹੋਰਾਂ ਦੇ ਬਾਰੇ 'ਚ। ਬੱਬੂ ਮਾਨ ਦੇ ਅੱਜ ਕੱਲ੍ਹ ਚੱਲ ਰਹੇ ਨੇ ਖੁੱਲ੍ਹੇ ਅਖਾੜੇ, ਅਤੇ ਅਖਾੜਿਆਂ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਸਾਲ ਪਹਿਲਾਂ ਹੀ ਉਹਨਾਂ ਦੀ ਬੁਕਿੰਗ ਹੈ ਜਿਹੜੀ ਹੋ ਜਾਂਦੀ ਹੈ, ਕਿਉਂਕਿ ਦੋਸਤੋ ਲਾਈਵ ਸ਼ੋਅ ਹੋਇਆ ਜਿਹੜਾ ਪਿਛਲੇ ਦਿਨੀ ਰੋੜਕਾ ਕਲਾਂ, ਤਾਂ ਉਸੇ ਲਾਈਵ ਸ਼ੋਅ ਦੇ ਉੱਤੋਂ ਅਗਲੇ ਸਾਲ ਦੀ ਬੁਕਿੰਗ ਇੱਕ ਸਾਲ ਪਹਿਲਾਂ ਹੀ ਕਰ ਦਿੱਤੀ ਹੈ ਉੱਥੋਂ ਦੀ ਮੈਨੇਜਮੈਂਟ ਨੇ ਮਾਨ ਸਾਹਿਬ ਦੀ। ਆਓ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਉਹਨਾਂ ਦੀ ਇਹ ਵੀਡੀਓ। ਅਗਲੇ ਸਾਲ 16 ਫਰਵਰੀ ਬਾਈ ਬੱਬੂ ਮਾਨ ਫੇਰ ਸਿੰਗਰਾਂ ਦੇ ਜਾਣਗੇ। ਸੋ ਦੋਸਤੋ, ਇਹ ਸੀ ਅੱਜ ਦੀ ਪੂਰੀ ਵੀਡੀਓ ਅਤੇ ਗੱਲਾਂ ਬਾਤਾਂ। ਇਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ, ਅਤੇ ਹੋਰ ਤਾਜ਼ਾ ਵੀਡੀਓਜ਼ ਇਸੇ ਹੀ ਤਰ੍ਹਾਂ ਦੇਖਦੇ ਰਹਿਣ ਦੇ ਲਈ ਅਰਬਨ ਪੇਂਡੂ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।